ਆਲਟੋ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ। ਸਾਬਕਾ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਰੰਧਾਵਾ ਦੇ ਜੱਦੀ ਪਿੰਡ ਧਾਰੋਵਾਲੀ ਦੇ 4 ਦਰਜਨ ਕਾਂਗਰਸੀ ਪਰਿਵਾਰਾਂ ਨੇ ਬਿਨਾਂ ਕਿਸੇ ਸ਼ਰਤ ਦੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਐਲਾਨ ਕੀਤਾ ਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਕਬੂਲੀ। ਇਸ ਮੌਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਆਮ ਆदमी पार्टी की सरकार वालों बिना किसी भेदभाव तो करवाए जा रहे कामों तो प्रभावित होकर आम आदमी पार्टी विच शामिल होने का मन बनाया है ਅਤੇ ਉਹ ਆਮ ਆਦਮੀ ਪਾਰਟੀ ਲਈ ਦਿਨ ਰਾਤ ਸੇਵਾ ਕਰਨਗੇ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਆਓ ਦੇਖਦੇ ਹਾਂ ਇੱਕ ਰਿਪੋਰਟ। ਜਿਹੜੇ ਵਧੀਆ ਪਰਿਵਾਰ ਸੀਗੇ ਉਹਨਾਂ ਆਮ ਆਦਮੀ ਪਾਰਟੀ 'ਚ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਜਿਹੜੀ ਆਮ ਆਦਮੀ ਪਾਰਟੀ 'ਚ ਆਏ ਨੇ, ਇਹਦੇ ਤੋਂ ਇੱਕ ਅੰਦਾਜ਼ਾ ਲੱਗ ਗਿਆ ਕਿ ਖਾਸ ਕਰਕੇ ਡੇਰਾ ਬਾਬਾ ਨਾਨਕ 'ਚ ਜਿਹੜਾ ਕਾਂਗਰਸ ਦਾ ਪਤਨ ਜਿਹੜਾ ਹੋਣ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਚੜ੍ਹਾਈ ਹੋ ਰਹੀ ਹੈ। ਦੂਸਰੀ ਗੱਲ ਰੰਧਾਵਾ ਸਾਹਿਬ, ਸੁਖਵਿੰਦਰ ਸਿੰਘ ਰੰਧਾਵੇ ਦਾ ਜਿਹੜਾ ਉਹਦੇ ਵਿੱਚ ਨਾਂ ਲੱਗਾ ਵੀ ਅੰਸਾਰੀ ਨੂੰ ਜਿਹੜਾ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਦਿੰਦੇ ਨੇ, ਉਸ ਸੰਬੰਧੀ ਤੁਹਾਡਾ ਕੀ ਕਹਿਣਾ ਹੈ? ਉਹ ਤਾਂ ਬਿਲਕੁਲ ਸਾਫ਼ ਹੈ ਕਿ ਜਿਹੜਾ ਅੰਸਾਰੀ ਨੂੰ ਇੱਕ ਝੂਠੀ FIR ਮੁਹਾਲੀ 'ਚ ਦਰਜ ਕਰਕੇ ਤਾਂ ਯੂਪੀ 'ਚ ਲੈ ਕੇ ਉਹਨੂੰ VIP ਟ੍ਰੀਟਮੈਂਟ ਦਿੰਦੇ ਰਹੇ ਨੇ। ਸਪੈਸ਼ਲੀ ਤੌਰ 'ਤੇ ਉਹਨੂੰ ਵੱਖਰਾ ਕਮਰਾ ਜਿਹੜਾ ਉਹਨੂੰ ਕੁਆਟਰ ਦਿੱਤਾ। ਮੈਂ ਤਾਂ ਕਹਿੰਦਾ ਮੈਨੂੰ ਲੱਗਦਾ ਘਰ ਹੀ ਰੱਖਦੇ ਰਹੇ ਨੇ, ਕੁਆਟਰ ਦੀ ਤਾਂ ਗੱਲ ਛੱਡੋ, ਉਹਦੇ 'ਚ ਘਰ ਹੀ ਰੱਖਦੇ ਰਹੇ ਨੇ। ਇੱਕ ਤੁਸੀਂ ਵੀਡੀਓ ਵਾਇਰਲ ਹੋਈ ਸੀਗੀ, ਬੜੀ ਪੁਰਾਣੀ ਗੱਲ ਹੈ, ਕਿ ਜਦੋਂ ਅੰਸਾਰੀ ਦੇ ਘਰ ਡਿਪਟੀ ਮੁੱਖ ਮੰਤਰੀ ਆਪ ਯੂਪੀ 'ਚ ਗਿਆ ਸੀਗਾ। ਆ ਦੇਖੀ ਗਏ ਨੇ ਕਿ ਨਹੀਂ ਦੇਖੀ? ਮੈਂ ਤਾਂ ਦੇਖੀ ਆ। ਇਹ ਉਹ ਲੋਕ ਨੇ ਜਿਹੜੇ ਇੱਦਾਂ ਗੈਂਗਸਟਰ ਨੂੰ ਪ੍ਰਮੋਟ ਕਰਦੇ ਰਹੇ ਨੇ ਹਿੰਦੁਸਤਾਨ 'ਚ, ਇਹ ਉਹ ਲੋਕ ਨੇ। ਪਰ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ 52 ਜਿਹੜੇ ਆ SC IG ਜਿਹੜੇ ਭਰਤੀ ਕਰਨ ਦਾ ਪਹਿਲਾ ਸੂਬਾ ਬਣਿਆ, ਮੇਰੇ ਖਿਆਲ ਇੱਕ ਇਤਿਹਾਸ 'ਚ ਪਹਿਲੀ ਗੱਲ ਹੈ ਕਿ ਜਿਹੜੇ SC ਭਾਈਚਾਰੇ ਨੂੰ ਇੰਨਾ ਪਹਿਲੀ ਵਾਰੀ ਆ ਜਿਹੜਾ ਉਹਨੂੰ KG ਦਫ਼ਤਰ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਰਾਖਵੇਂ 'ਚ ਉਹਨਾਂ ਨੂੰ ਜਿਹੜੇ ਡਿਪਟੀ ਐਡਵੋਕੇਟ ਜਨਰਲ ਹੈ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਜਗ੍ਹਾ ਦਿੱਤੀ ਆ। ਅੱਜ ਤੱਕ ਇਤਿਹਾਸ ਬੋਲਦਾ 75 ਸਾਲਾਂ 'ਚ ਐਸੀ ਭਾਈਚਾਰੇ ਨਾਲ ਮਿਹਨਤ ਹਮੇਸ਼ਾ ਧੱਕਾ ਹੀ ਹੁੰਦਾ ਆਇਆ, ਤਾਂ ਪਹਿਲੀ ਵਾਰੀ ਇਨਸਾਫ ਮਿਲਿਆ ਐਸੀ ਭਾਈਚਾਰੇ। ਸਰ, ਜਿਹੜਾ ਮਨੀਸ਼ ਸਿਸੋਦੀਆ ਤੇ CPI ਰੇਟ ਹੋਈ ਹੈ, ਕਿ ਲੱਗਦਾ ਕਿ 2024 ਦੀ ਬਲਾਵਟ ਕਰਕੇ ਹੁੰਦਾ। ਵੇਖੋ, ਜਿਹੜੀ BJP ਹੈ ਉਹਨੂੰ ਕੇਜਰੀਵਾਲ ਦਾ ਕੱਦ ਦਿਨੋਂ ਦਿਨ ਉੱਪਰ ਹੋਣ ਡਿਆ ਹਿੰਦੁਸਤਾਨ 'ਚ। ਉਹ ਬਖਲਾ ਗਏ ਨੇ। ਇਹ ਬਖਲਾਣ ਦਾ ਨਤੀਜਾ ਕਿ ਜਿਹੜੇ ਸਾਡੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ ਜੀ, ਜਿਨ੍ਹਾਂ ਦਾ ਦੁਨੀਆ ਦੇ ਵਿੱਚ ਇੱਕ ਨਾਮ ਆ ਸਿੱਖਿਆ ਦੇ ਵਿੱਚ, ਜਿੰਨਾ ਉਹਨਾਂ ਕੰਮ ਕੀਤਾ ਐਜੂਕੇਸ਼ਨ ਤੇ, ਸਾਰੀ ਦੁਨੀਆ ਜਾਣਦੀ ਹੈ। ਉਹਨਾਂ ਦਾ ਮਾਡਲ ਅਮਰੀਕਾ 'ਚੋਂ ਵੇਖਣ ਵਾਸਤੇ ਦਿੱਲੀ ਦੇ ਸਕੂਲ ਵੇਖਣ ਵਾਲੇ ਅਮਰੀਕਾ ਵਰਗੇ ਮੁਲਕ ਆ ਰਹੇ ਨੇ। ਇਹਨਾਂ ਕੋਲ ਦੇਖ ਕੇ ਜਰ ਨਹੀਂ ਹੋਇਆ ਤਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜਾ ਮਨਸੂਬਾ ਵਾ ਕਦੀ ਵੀ ਨਹੀਂ ਫੇਲ ਹੋਣਾ। ਉਹਦੇ 'ਚ ਤਾਂ ਉਸੇ ਦਿਨ ਤੋਂ ਇੱਕ ਗੱਲ ਸਾਬਤ ਹੋ ਗਈ ਆ ਕਿ ਆਮ ਆਦਮੀ ਪਾਰਟੀ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੋ ਰਹੀ, ਤਾਂ ਉਹਦੇ ਤੋਂ ਹਰ ਘਰ 'ਚ ਝੰਡਾ ਜਿਹੜਾ 24 ਆਮ ਆਦਮੀ ਪਾਰਟੀ ਦਾ ਲੱਗਣਾ ਸਾਰੇ ਹਿੰਦੁਸਤਾਨ 'ਚ। ਸੀਐਮ ਮਾਨ ਵੱਲੋਂ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਨੂੰ ਖਾਸ ਕਰਕੇ ਡੇਰਾ ਬਾਬਾ ਨਾਨਕ ਕਹਿ ਦਿੱਤੀ ਸਭਾ ਦਿੱਤੀ ਗਈ ਹੈ, ਕੀ ਕਹਿਣਾ ਚਾਹੁੰਦੇ? ਮੈਂ ਸਭ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਆਪਣੇ ਹਲਕੇ ਵੱਲੋਂ, ਤਾਂ ਸਾਰਾ ਡੇਰਾ ਬਾਬਾ ਨਾਨਕ ਹਲਕੇ ਵੱਲੋਂ ਉਹਨਾਂ ਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਨੂੰ ਅੱਖਿਓਂ ਪਰੋਖੇ ਨਹੀਂ ਕੀਤਾ। ਤਾਂ ਪੰਜਾਬ 'ਚ ਪਹਿਲਾ ਕਾਲਜ ਜਿਹੜਾ ਵਾ ਕਲਾਨੌਰ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੇਤੀਬਾੜੀ ਕਾਲਜ ਬਣ ਰਿਹਾ। ਮੈਂ ਆਪਣੇ ਵੱਲੋਂ ਤਾਂ ਆਪਣੇ ਹਲਕੇ ਵੱਲੋਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਵੀ ਦਿੰਦਾ। ਤਾਂ ਪਰਮਾਤਮਾ ਕਾਰੀ ਉਹਦੀ ਸਿਹਤ ਦੀ, ਉਹਦੀ ਉਮਰ ਦੀ ਕਾਮਨਾ ਕਰਦਾ ਕਿ ਪਰਮਾਤਮਾ ਨੂੰ ਇੰਨੀ ਲੰਮੀ ਉਮਰ ਦੇਈ ਕਿ ਜਿਹੜਾ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕੇ, ਤਾਂ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ। ਸਰ, ਤੁਹਾਡੇ ਵੱਲੋਂ ਹੁਣੇ ਆਖਿਆ ਕਿ ਰਵਾਇਤੀ ਪਾਰਟੀਆਂ ਨੂੰ ਜਿਹੜੀਆਂ ਸਰਪੰਚੀਆਂ ਲਿਫਾਫੇ 'ਚੋਂ ਕੱਢ ਕੇ ਨਹੀਂ ਜਾਂਦੇ, ਕਿ ਤੁਹਾਡੀ ਆਮ ਪਾਰਟੀ ਵੀ ਇਸ ਲਈ ਚਲੇ ਗਈ ਕਿ ਲੱਗੀ ਰਹੇਗੀ? ਲਿਫਾਫੇ ਵਾਲਾ ਕੰਮ ਮੁੱਕ ਗਿਆ। ਆ ਜਿਹੜੇ ਲਿਫਾਫਿਆਂ 'ਚੋਂ ਕੱਢਦੇ, ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨੇ ਉਹੀ ਮੁਕਾ ਦਿੱਤੇ ਨੇ। ਤਾਂ ਜਦੋਂ ਉਹ ਲੋਕ ਹੀ ਮੁੱਕ ਗਏ ਨੇ ਲਿਫਾਫਿਆਂ 'ਚੋਂ ਕੱਢ ਕੇ ਸਰਪੰਚ ਬਣਾਉਣ ਵਾਲੇ, ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜਿਹੜਾ ਮੁੱਢਲਾ ਲੋਕਤੰਤਰ, ਮੁੱਢਲਾ ਜਿਹੜੀ ਜੜ ਹੈ ਨਾ, ਸ਼ੁਰੂਆਤ ਆ ਜਿਹੜੀ ਇੱਕ ਸਰਪੰਚੀ ਤਾਂ ਹੁੰਦੀ ਆ। ਜੇ ਆਪਾਂ ਲੋਕਤੰਤਰ ਦਾ ਕਹਾਣ ਇੱਕ ਸਰਪੰਚੀਆਂ ਹੀ ਖੋਹ ਲਈਆਂ ਲੋਕਾਂ ਤੋਂ, ਹੱਕ ਹੀ ਖੋਹ ਲਿਆ, ਤਾਂ ਫਿਰ ਲੋਕਤੰਤਰ ਕਾਹਦਾ? ਇਸ ਕਰਕੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਣਾ। ਵਿਕਰਮਜੀਤ ਸਿੰਘ ਜੀ, ਕਿਹੜੇ ਪਿੰਡ ਦੇ ਵਾਸੀ ਜੀ? ਪਿੰਡ ਧਾਰੋਵਾਲੀ ਜੀ। आज कांग्रेस पार्टी अलविदा कहते आम आदमी पार्टी में शामिल होने का मन बनाया की कारण करके ना करना कारण सानू उन्हों का मतलब जो कार्यक्रम जो मतलब नहीं समझ साडे च आया साडे नाल दुरवरतों हुई है उस करके ही आम पार्टी ज्वाइन की है। कितना कितना दुरवरतों साडे मंत्री साहब ने की है की तुहाडा की नुकसान कीता साडे बड़े च होर भी झगड़े झमेले जमीन जमान च उच भी साडा काफ़ी बड़ा नुकसान होया। आम पार्टी सानू चंगा यह लगा कि ठीक अज असीं अपने काम कराउणे अज ठीक आ थोड़े कल नूं समा जो होगा जो बाबा नानक करू ठीक है वेखांगे जो होगा वधिया लगूगा। तकरीबन 40-50 परिवार होणे 40 परिवार लगभग होणगे। ਹਾਂਜੀ ਵਰਖਾ ਸਿੰਘ ਅੱਜ ਤੁਹਾਡੇ ਵੱਲੋਂ ਆਮ ਆਦਮੀ ਪਾਰਟੀ ਸਰ ਮੀਟਿੰਗ ਕਰਾਈ ਗਈ ਹੈ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਕੀ ਕਹਿਣਾ ਚਾਹੁੰਦੇ ਸਰ? ਆਪਾਂ ਅਸੀਂ ਤਾਂ ਬਸ ਇਹੀ ਕਹਿਣਾ ਚਾਹੁੰਦੇ ਵਧੀਆ ਪਾਰਟੀ ਨੇ ਵਧੀਆ ਕਾਰੋਬਾਰ ਕਰਨ ਲਈ ਵਧੀਆ ਕੰਮ ਕਰਨ ਲਈ ਦੂਜੇ ਪਰੇਸ਼ਾਨ ਕਰਦੇ ਹੀ ਹੋ ਗਏ ਕੰਮ ਨੇ ਬੜਿਆ ਹੁਣ ਚੰਗੇ ਲੋਕ ਜਿਹੜੇ ਜੁੜਦੇ ਨੇ ਨਾਲ ਕਿਉਂਕਿ ਲੋਕਾਂ ਦੇ ਕਾਰੋਬਾਰ ਹੋਣ ਡਏ ਨੇ ਬਿਜਲੀ ਲੈ ਕੇ ਬਿੱਲ ਆਉਂਦੇ ਨੇ ਸਹੀ ਅੱਜ ਬਿਜਲੀ ਦਾ ਬਿੱਲ ਆਇਆ ਜਿਹਨਾਂ ਦਾ ਚਾਰਜਰ 5000 ਹੁੰਦਾ 500 ਰੁਪਇਆ ਆਉਂਦੇ ਆ ਹੋਰ ਬਾਕੀ ਜਿਹੜੇ ਦਫ਼ਤਰਾਂ ਦੁਫ਼ਤਰਾਂ ਜਾਓ ਪੈਸੇ ਪੂਸੇ ਦਾ ਫਰਕ ਪੈ ਗਿਆ ਕਾਫੀ ਚਲੋ ਜ਼ਿਆਦਾ ਤਾਂ ਨਹੀਂ ਪਿਆ ਥੋੜਾ तो पै ही गया 10-20% तो फर्क है ही है। कोई भी अफसर बहिंदा वा गल करदा सुनदा वा गल सुन के वो गल कार्रवाई भी पाउंदा उहदे उत्ते मना वाली गल कोई नहीं हैगी। तीह तो 40-45 परिवार लगभग हो गए। कारण यही है कि जो 5 साल से बने उन्होंने पिंड का पता नहीं लगा उन्होंने पिंड है भी नहीं है पिंड धरवाली के रहने वाले बस होर कुछ नहीं बाकी उन्होंने यह नहीं पता पिंड का करना की है तो तुसीं तो पिंड वेखण डे जे ਸਰ ਉਹ ਕਹਿ ਰਹੇ ਕਿ ਵਿਕਾਸ ਬਹੁਤ ਕਰਾਂਗੇ। ਵਿਕਾਸ ਤੇ ਹੁਣ ਤੁਸੀਂ ਵੇਖ ਹੀ ਲੈਣਾ ਚੋਲਦੇ ਵਿਕਾਸ ਕਾਹਦਾ ਹੋਇਆ ਤੁਸੀਂ ਦੱਸੋ ਕਾਹਦਾ ਵਿਕਾਸ ਹੋਇਆ ਟਾਇਲਾਂ ਦੀਆਂ ਸਾਈਡ ਹੀ ਬਦਲੀ ਆ ਸਾਈਡ ਬਦਲ ਦਿੱਤੀ ਟਾਇਲਾਂ ਦੀ ਬਸ ਸਕੂਲ ਦੇ ਸਬੈਦੇ ਵੱਢ ਕੇ ਸਕੂਲ 'ਚ ਹੀ ਲੱਗ ਗਏ ਤੇ ਉੱਥੇ ਕਾਹਦਾ ਵਿਕਾਸ ਹੋ ਗਿਆ। ਸਕੂਲ ਦੇ ਪੰਚਾਇਤ ਘਰ ਤੁਸੀਂ ਅੱਜ ਤੁਹਾਨੂੰ ਵਿਖਾਉਂਦੇ ਜਾ ਕੇ ਵੇਖੋ ਪਿੰਡ ਦਾ ਪੰਚਾਇਤ ਘਰ ਦਾ ਕੀ ਹਾਲ ਆ ਜੇ ਮੁੱਖ ਮੰਤਰੀ ਦਾ ਪਿੰਡ ਹੋਏ ਤਾਂ ਪੰਚਾਇਤ ਘਰ ਦਾ ਇਦਾਂ ਦਾ ਹੁੰਦਾ ਉਹਦੀ ਕੋਈ ਛੱਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਜੇ ਸੁਸਾਇਟੀ ਆ ਤਾਂ ਸੁਸਾਇਟੀ ਦੀ ਬੁਰੀ ਹਾਲਤ ਆ ਦੱਸਣਾ ਹੈ ਕੀ ਹੈ ਪਤਾ ਲੱਗੇ ਵੀ ਆਹ ਚੀਜ਼ ਦਾ ਬਈ ਹੋਇਆ ਵਿਕਾਸ ਤੇ ਹੁਣ ਪਿੰਡ ਦੇ ਵਿੱਚ ਅਸੀਂ ਬੈਠੇ ਆ ਮਤਲਬ ਪਿੰਡ ਦੇ ਵਿੱਚ ਪਿੰਡ ਵਾਲਿਆਂ ਗੱਲ ਕਰਨੀ ਨਾ ਪਹਿਲਾਂ ਉਹਨਾਂ ਦੇ ਪਿੰਡ ਤੋਂ ਹੀ ਆ। ਛੱਪੜ ਵੇਖ ਲਓ ਜਾ ਕੇ ਉੱਤੇ ਮੇਰੇ ਖਿਆਲ ਨਾਲ 20 ਵਾਰੀ ਪੈਸੇ ਲੱਗ ਗਏ ਹੋਣੇ ਗੱਲ ਤੇ ਸਾਰ ਬੰਦਾ ਪਰੇਸ਼ਾਨ ਹੀ ਹੈਗਾ ਨਾ ਉਹ ਤਾਂ ਲੋਕੀ ਬੋਲਦੇ ਨੀ ਗੇ ਬੋਲਦੇ ਇਸ ਕਰਕੇ ਨੀ ਕਿਉਂਕਿ ਦਬਦਬਾ ਉਹਨਾਂ ਦਾ ਹੋਰ ਮੁਸ਼ਕਿਲ ਕੋਈ ਨਹੀਂ। ਅੱਜ ਤੁਹਾਡੇ ਕੋਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਇਹਨਾਂ ਤੁਹਾਨੂੰ ਕੀ ਵਿਸ਼ਵਾਸ ਦੇ ਗਏ? ਸਾਨੂੰ ਤਾਂ ਇਹ ਵਿਸ਼ਵਾਸ ਦੇ ਗਏ ਨੇ ਵੀ ਠੀਕ ਆ ਕਾਰੋਬਾਰ ਹੋਊਗਾ ਤੁਹਾਡਾ ਕੋਈ ਮੁਸ਼ਕਲ ਨਹੀਂ ਡਰਨ ਦੀ ਲੋੜ ਕੋਈ ਨਹੀਂ ਹੈ ਡਰਨ ਵਾਲੀ ਤਾਂ ਪਹਿਲਾਂ ਵੀ ਕੋਈ ਗੱਲ ਨਹੀਂ ਹੈਗੀ ਸਾਡੀ ਡਰਨ ਵਾਲਾ ਕੋਈ ਰੌਲਾ ਥੋੜ੍ਹੀ ਹੈਗਾ। ਨਹੀਂ ਅਸੀਂ ਤਾਂ ਇਹੋ ਕਹਿਣਾ ਚਾਹਾਂਗੇ ਵੀ ਜਿਹੜਾ ਬੰਦਾ ਚੰਗਾ ਕੰਮ ਕਰਦਾ ਵਾ ਅਸੀਂ ਉਹਦੇ ਨਾਲ ਹੈ। ਆਮ ਆਦਮੀ ਪਾਰਟੀ ਵਧੀਆ ਕੰਮ ਕਰਦੇ ਨੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਰਦੇ ਨੇ ਇੱਥੇ ਕੰਮ ਪਾਰਟੀ ਬਾਈ ਨਾ ਹੁੰਦੇ ਸੀ एक पाया बन गया दूसरा नाल का छड़ दिता इस करके भी चंगा नहीं गा अभी जो दुखी हो गए फिर इस पासे आए कोई सुख ना तो आए नहीं। सरदार गुरदीप सिंह रंधावा आम आदमी पार्टी के हल्का इंचार्ज आए की विश्वास वो विश्वास दे के जिन्हें हर बंदे का काम होएगा कोई पार्टीबाजी नहीं रहूगी जिहड़ा नहीं काम होया मैनूं आ के दसो वो करनगे सानूं यकीन है। हाँ जी बिल्कुल संतुष्ट बिल्कुल जी पूरा।